ਜੀ ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਇਹ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ 10ਵੀਂ ਸ਼੍ਰੇਣੀ ਦਾ ਪਾਠ ਨੰਬਰ 6 ਕਰ ਰਹੇ ਹਾਂ, ਭੂਮੀ ਵਰਤੋਂ ਅਤੇ ਖੇਤੀਬਾੜੀ। ਇਸ ਦੇ ਪਹਿਲੇ ਪਾਠ ਦੇ ਵਿੱਚ ਅਸੀਂ ਕੁਝ ਪ੍ਰਸ਼ਨ ਕੀਤੇ ਸਨ, ਸੈਕਿੰਡ ਪਾਠ ਲੈ ਕੇ ਆਏ ਹਾਂ, ਉਸ ਦੇ ਵਿੱਚ ਅਗਲੇ ਪ੍ਰਸ਼ਨ ਕਰ ਰਹੇ ਹਾਂ। ਨਾਲ ਵੀਡੀਓ ਨੂੰ ਤੁਸੀਂ ਦੇਖ ਕੇ ਆਪਣੀ ਆਪਣੀ ਕਾਪੀ ਉੱਪਰ ਨੋਟਸ ਤਿਆਰ ਕਰ ਸਕਦੇ ਹੋ, ਬਾਰ ਬਾਰ ਸੁਣ ਕੇ ਇਸ ਨੂੰ ਤੁਸੀਂ ਆਪਣੇ ਇਸ ਨੂੰ ਯਾਦ ਕਰ ਸਕਦੇ ਹੋ। ਉਸ ਤੋਂ ਬਾਅਦ ਅਗਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਕਿਸੇ ਵੀ ਟਾਈਮ ਕਿਸੇ ਵੀ ਵੇਲੇ ਸਾਡੀ ਕੋਈ ਕਾਪੀ ਗੁੰਮ ਹੋ ਜਾਂਦੀ ਹੈ ਜਾਂ ਕਿਸੇ ਕਿਸਮ ਦਾ ਕੋਈ ਲੋਸ ਹੁੰਦਾ ਤਾਂ ਅਸੀਂ ਕਿਸੇ ਸਮੇਂ ਵੀ ਯੂਟਿਊਬ 'ਤੇ ਜਾ ਕੇ ਚੈਨਲ ਨੂੰ ਖੋਲ੍ਹ ਕੇ ਇਸ ਦੇ ਵੀਡੀਓ ਦੇਖ ਕੇ ਦੁਬਾਰਾ ਆਪਣੇ ਜਿਹੜੇ ਕੁਐਸਚਨ ਉਹ ਪ੍ਰਪੇਅਰ ਕਰ ਸਕਦੇ ਹਾਂ। ਕਿਸੇ ਕਿਸਮ ਦਾ ਸਾਨੂੰ ਡਾਟਾ ਦੀ ਟੈਨਸ਼ਨ ਵੀ ਨਹੀਂ ਰਹਿਣੀ ਕਿ ਸਾਡੇ ਫੋਨ ਦਾ ਡਾਟਾ ਫੁੱਲ ਹੋ ਗਿਆ ਤਾਂ ਸਾਨੂੰ ਬਹੁਤ ਸਾਰੀਆਂ ਫਾਈਲਸ ਡਿਲੀਟ ਕਰਨੀਆਂ ਪੈਣਗੀਆਂ, ਤਾਂ ਇਹ ਸਦਾ ਲਈ ਸਾਡੇ ਕੋਲ ਰਹਿਣਗੀਆਂ। ਤਾਂ ਸ਼ੁਰੂ ਕਰਦੇ ਹਾਂ। ਆਜ਼ਾਦੀ ਦੇ ਬਾਅਦ ਖਾਦ ਅੰਨ ਪਦਾਰਥਾਂ ਦੀ ਪ੍ਰਾਪਤੀ ਪ੍ਰਤੀ ਵਿਅਕਤੀ ਪ੍ਰਾਪਤੀ 'ਤੇ ਕੀ ਅਸਰ ਪਿਆ? ਖਾਦ ਅੰਨ ਪਦਾਰਥਾਂ ਦੀ ਗੱਲ ਕਰਦੇ ਤਾਂ ਖਾਸ ਅਨਾਜ ਪਦਾਰਥ ਹੁੰਦੇ, ਜਿਹੜੀ ਅਨਾਜ ਹੈ ਮੁੱਖ ਤੌਰ 'ਤੇ ਉਹਨਾਂ ਦੀ ਗੱਲ ਆ ਜਾਂਦੀ ਹੈ। ਤਾਂ ਖਾਦ ਅੰਨ ਪਦਾਰਥਾਂ ਦੇ ਉਤਪਾਦਨ ਵਿੱਚ ਬਹੁਤ ਵਾਧਾ ਹੋਇਆ ਆਜ਼ਾਦੀ ਤੋਂ ਬਾਅਦ। ਚੌਲਾਂ ਦੇ ਉਤਪਾਦਨ ਵਿੱਚ 4 ਗੁਣਾ ਅਤੇ ਕਣਕ ਵਿੱਚ 10 ਗੁਣਾ ਵਾਧਾ ਹੋਇਆ। ਚੌਲਾਂ ਦੇ ਉਤਪਾਦਨ ਦੇ ਵਿੱਚ 4 ਗੁਣਾ ਅਤੇ ਕਣਕ ਦੇ ਵਿੱਚ 10 ਗੁਣਾ ਵਾਧਾ ਹੋਇਆ। ਉਤਪਾਦਨ ਵਧਣ ਦੇ ਕਾਰਨ ਪ੍ਰਤੀ ਵਿਅਕਤੀ ਖਾਦ ਅੰਨ ਪਦਾਰਥ ਦੀ ਪ੍ਰਾਪਤੀ 'ਤੇ ਵੀ ਪ੍ਰਭਾਵ ਪਿਆ। ਜਿਹੜਾ ਪ੍ਰਤੀ ਵਿਅਕਤੀ ਖਾਦ ਅੰਨ ਪਦਾਰਥ ਦੀ ਜਿਹੜੀ ਸੀਗੀ ਉਸ 'ਤੇ ਵੀ ਪ੍ਰਭਾਵ ਪਿਆ। ਉਸ 'ਤੇ ਕੀ ਪ੍ਰਭਾਵ ਹੈ? ਵਾਧਾ ਆਜ਼ਾਦੀ ਤੋਂ ਬਾਅਦ 395 ਗ੍ਰਾਮ ਤੋਂ ਵੱਧ ਕੇ 500 ਗ੍ਰਾਮ ਪ੍ਰਤੀ ਵਿਅਕਤੀ ਹੋ ਗਿਆ। ਯਾਨੀ ਕਿ 395 ਗ੍ਰਾਮ ਤੋਂ ਵੱਧ ਕੇ ਜਿਹੜਾ ਕੀ ਆ 500 ਪ੍ਰਤੀ ਗ੍ਰਾਮ ਪ੍ਰਤੀ ਵਿਅਕਤੀ ਗ੍ਰਾਮ ਹੋ ਗਿਆ। ਯਾਨੀ ਕਿ ਇਹ ਵਾਧਾ ਜਿਹੜਾ ਇਹਦੇ ਵਿੱਚ ਦਰਜ ਕੀਤਾ ਗਿਆ। 17 ਪ੍ਰਸ਼ਨ ਦੇ ਵਿੱਚ ਕੀ ਆ? ਦੇਸ਼ ਵਿੱਚ ਖੇਤੀ ਜੋਤਾਂ ਦੇ ਛੋਟੇ ਹੋਣ ਦੇ ਕੀ ਕਾਰਨ ਹਨ ਅਤੇ ਇਹਨਾਂ ਦਾ ਭਾਰਤੀ ਖੇਤੀਬਾੜੀ 'ਤੇ ਕੀ ਅਸਰ ਪਿਆ? ਖੇਤੀ ਜੋਤਾਂ ਦੇ ਛੋਟੇ ਹੋਣ ਦੇ ਅਸੀਂ ਕਾਰਨ ਪੜੇ ਸੀ। ਭਾਰਤ ਵਿੱਚ ਜਨਸੰਖਿਆ ਵਧਣ ਕਾਰਨ ਖੇਤੀ ਵਾਲੀ ਜ਼ਮੀਨ ਜ਼ਿਆਦਾ ਲੋਕਾਂ ਵਿੱਚ ਵੰਡੀ ਗਈ। ਇਹ ਥੋੜ੍ਹਾ ਸਪੇਸ ਨਹੀਂ ਦਿੱਤਾ ਗਿਆ ਤਾਂ ਧਿਆਨ ਨਾਲ ਪੜ੍ਹ ਕੇ ਇਸ ਨੂੰ ਅਸੀਂ ਸਪੇਸ ਦੇ ਕੇ ਲਿਖਣਾ। ਭਾਰਤ ਵਿੱਚ ਜਨਸੰਖਿਆ ਵਧਣ ਕਾਰਨ ਖੇਤੀ ਵਾਲੀ ਜ਼ਮੀਨ ਜ਼ਿਆਦਾ ਲੋਕਾਂ ਵਿੱਚ ਵੰਡੀ ਗਈ ਹੈ। ਪਿਤਾ ਦੀ ਮੌਤ ਤੋਂ ਬਾਅਦ ਜ਼ਮੀਨ ਉਸਦੀ ਸੰਤਾਨ ਵਿੱਚ ਬਰਾਬਰ ਬਰਾਬਰ ਵੰਡ ਦਿੱਤੀ ਜਾਂਦੀ ਹੈ। ਮੰਨ ਲਓ ਪਿਤਾ ਦੀ ਮੌਤ ਤੋਂ ਬਾਅਦ ਅਸੀਂ ਚਾਹੁੰਦੇ ਹਾਂ ਕਿ ਉਸਦੀ ਜਿਹੜੀ ਜਾਇਦਾਦ ਹੁੰਦੀ ਹੈ, ਜੋ ਵੀ ਪ੍ਰੋਪਰਟੀ ਹੁੰਦੀ ਹੈ, ਉਸਨੂੰ ਹਿੱਸਿਆਂ ਵਿੱਚ ਵੰਡ ਦਿੱਤਾ ਜਾਂਦਾ। ਜਿੰਨੇ ਉਸਦੇ ਪੁੱਤਰ ਹੁੰਦੇ ਆ 2 ਤਾਂ ਉਸਦੇ 2 ਹਿੱਸੇ ਕਰ ਦਿੱਤੇ ਜਾਂਦੇ ਆ, 3 ਤਾਂ ਉਸਦੇ 3 ਹਿੱਸੇ ਕੀਤੇ ਜਾਂਦੇ। ਤਾਂ ਇਸ ਤਰ੍ਹਾਂ ਕੀ ਆ, ਉਹ ਖੇਤਾਂ ਦਾ ਆਕਾਰ ਛੋਟਾ ਹੋਇਆ। ਇਸ ਕਾਰਨ ਦੇਸ਼ ਵਿੱਚ ਜ਼ਿਆਦਾਤਰ ਜੋਤਾਂ ਯਾਨੀ ਕਿ ਖੇਤਾਂ ਛੋਟੀਆਂ ਹਨ ਅਤੇ ਇਹ ਆਰਥਿਕ ਪੱਖ ਤੋਂ ਬੜੀਆਂ ਲਾਭਕਾਰੀ ਹਨ। ਲਾਭਕਾਰੀ ਯਾਨੀ ਕਿ ਆਰਥਿਕ ਪੱਖ ਤੋਂ ਇਹਨਾਂ ਦਾ ਫਿਰ ਲਾਭ ਜ਼ਿਆਦਾ ਨਹੀਂ ਹੁੰਦਾ, ਉਹ ਆਪਣੇ ਗੁਜ਼ਾਰੇ ਜੋਗੀ ਹੀ ਉਸ ਉੱਪਰ ਖੇਤੀ ਕਰ ਸਕਦੇ ਆ ਛੋਟੇ ਕਿਸਾਨ। ਛੋਟੇ ਕਿਸਾਨਾਂ ਨੂੰ ਟਿਊਬਵੈੱਲ ਦਾ ਪਾਣੀ ਅਤੇ ਹੋਰ ਕਈ ਯੰਤਰ ਵੱਡੇ ਕਿਸਾਨਾਂ ਤੋਂ ਕਿਰਾਏ 'ਤੇ ਲੈਣੇ ਪੈਂਦੇ ਨੇ, ਇਹ ਵੀ ਇੱਕ ਕਾਰਨ ਹੈ। ਉਹਨਾਂ ਨੂੰ ਮਹਿੰਗੀਆਂ ਰਸਾਇਣਿਕ ਖਾਦਾਂ ਵੀ ਖਰੀਦਣੀਆਂ ਪੈਂਦੀਆਂ ਹਨ। ਇਹਨਾਂ ਸਾਰੇ ਕਾਰਨਾਂ ਕਰਕੇ ਉਹਨਾਂ ਦੀ ਅਸਲ ਬੱਚਤ ਬਹੁਤ ਘੱਟ ਹੋ ਜਾਂਦੀ ਹੈ ਅਤੇ ਉਹਨਾਂ ਕੋਲ ਸਿਰਫ ਨਿਰਵਾਹ ਕਰਨ ਜਾਂ ਗੁਜ਼ਾਰੇ ਲਾਇਕ ਹੀ ਬਚਦਾ ਹੈ। ਯਾਨੀ ਕਿ ਅਸੀਂ ਇਸ ਕਰਕੇ ਹੀ ਭਾਰਤੀ ਖੇਤੀ ਨੂੰ ਜਿਹੜੀ ਗੁਜ਼ਾਰੇ ਦੀ ਖੇਤੀ ਕਿਹਾ ਜਾਂਦਾ, ਕਿਉਂਕਿ ਉਹਨਾਂ ਕੋਲ ਸਿਰਫ ਜਿਹੜੀਆਂ ਸਾਰੀਆਂ ਬੱਚਤਾਂ ਕੱਢ ਕੇ ਸਾਰੇ ਖਰਚੇ ਕੱਢ ਕੇ ਜੋ ਬਚਦਾ ਹੈ ਉਹ ਸਿਰਫ ਜੀਵਨ ਗੁਜ਼ਾਰੇ ਦੇ ਲਈ ਹੀ ਹੁੰਦਾ ਹੈ। ਝੋਨਾ ਪੈਦਾ ਕਰਨ ਵਾਲੇ ਮੁੱਖ ਰਾਜਾਂ ਦੇ ਨਾਂ ਲਿਖੋ। ਤਾਂ ਅਸੀਂ ਬੜੀ ਵਾਰ ਜਦੋਂ ਕੁਐਸਚਨ ਲੈਸਨ ਰੀਡ ਕੀਤਾ ਤਾਂ ਉਸ ਦੇ ਵਿੱਚ ਅਸੀਂ ਪੜ੍ਹਿਆ ਭਾਰਤ ਦੇ ਝੋਨੇ ਦਾ ਸਭ ਤੋਂ ਵੱਧ ਉਤਪਾਦਨ ਜਿਹੜਾ ਪੱਛਮੀ ਬੰਗਾਲ ਦੇ ਵਿੱਚ ਹੁੰਦਾ, ਪਰ ਜੇ ਅਸੀਂ ਪ੍ਰਤੀ ਹੈਕਟੇਅਰ ਝਾੜ ਦੀ ਗੱਲ ਕਰਦੇ ਤਾਂ ਉਹ ਪੰਜਾਬ ਵਿੱਚ ਹੁੰਦਾ ਹੈ। ਅੱਗੇ ਵੀ ਤੁਹਾਨੂੰ 2-3 ਵਾਰ ਦੱਸ ਚੁੱਕੇ ਹਾਂ। ਇਸ ਤੋਂ ਬਾਅਦ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਬਿਹਾਰ ਅਤੇ ਪੰਜਾਬ ਦਾ ਨੰਬਰ ਆਉਂਦਾ ਹੈ। ਇਸ ਤੋਂ ਇਲਾਵਾ ਝਾਰਖੰਡ, ਅਸਾਮ, ਕਰਨਾਟਕ, ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਵੀ ਵੱਡੀ ਮਾਤਰਾ ਵਿੱਚ ਝੋਨੇ ਦਾ ਉਤਪਾਦਨ ਕੀਤਾ ਜਾਂਦਾ। ਇਹ ਸਨ ਉਹ ਮੁੱਖ ਰਾਜ ਜਿਨ੍ਹਾਂ ਦੇ ਵਿੱਚ ਝੋਨੇ ਦਾ ਉਤਪਾਦਨ ਕੀਤਾ ਜਾਂਦਾ ਹੈ। ਪੰਜਾਬ ਵਿੱਚ ਕਣਕ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਵੱਧ ਹੋਣ ਦੇ ਕੀ ਕਾਰਨ ਹਨ? ਤਾਂ ਕੀ ਕਾਰਨ ਹਨ ਪੰਜਾਬ ਦੇ ਵਿੱਚ ਜਿਹੜੀ ਕਣਕ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਵੱਧ ਹੈ? ਕੇਂਦਰੀ ਭੰਡਾਰ ਨੂੰ ਕਣਕ ਦੇਣ ਵਿੱਚ ਪੰਜਾਬ ਦਾ ਸਭ ਤੋਂ ਪਹਿਲਾ ਸਥਾਨ ਹੈ। ਕੇਂਦਰੀ ਭੰਡਾਰ ਨੂੰ ਅਗਰ ਕਣਕ ਦੇਣ ਦੀ ਗੱਲ ਆਉਂਦੀ ਹੈ ਤਾਂ ਭਾਰਤ ਦਾ ਪਹਿਲਾ ਸਥਾਨ ਹੈ, ਪੰਜਾਬ ਦਾ। ਪੰਜਾਬ ਵਿੱਚ ਕਣਕ ਦੀ ਖੇਤੀ ਬਹੁਤ ਹੀ ਵੱਡੀ ਪੱਧਰ 'ਤੇ ਅਤੇ ਵਪਾਰਕ ਫਸਲ ਦੇ ਰੂਪ ਵਿੱਚ ਕੀਤੀ ਜਾਂਦੀ ਹੈ। ਤੁਸੀਂ ਸਾਰੇ ਜਾਣਦੇ ਹਾਂ, ਪੰਜਾਬ ਦੇ ਵਸਨੀਕ ਆ, ਤਾਂ ਸਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਕਣਕ ਦੀ ਫਸਲ ਹੈ ਬਹੁਤ ਹੀ ਵੱਡੇ ਪੱਧਰ 'ਤੇ ਔਰ ਵਪਾਰਕ ਫਸਲ ਦੇ ਤੌਰ 'ਤੇ ਯਾਨੀ ਕਿ ਇਸਨੂੰ ਮੰਡੀਆਂ ਦੇ ਵਿੱਚ ਵੇਚਣ ਦੇ ਲਈ ਇਸਦੀ ਕੀ ਆ ਫਸਲ ਕੀ ਹੈ ਇਹ ਉਗਾਈ ਜਾਂਦੀ ਹੈ। ਪੰਜਾਬ ਦੇ ਕਿਸਾਨਾਂ ਨੂੰ ਚੰਗੀਆਂ ਸਿੰਚਾਈ ਸਹੂਲਤਾਂ ਪ੍ਰਾਪਤ ਹਨ। ਇੱਥੇ ਕਣਕ ਦਾ ਝਾੜ ਵੱਧ ਹੁੰਦਾ ਹੈ, ਸਿੰਚਾਈ ਸਹੂਲਤਾਂ ਵੀ ਪ੍ਰਾਪਤ ਹਨ ਸਨ ਅਤੇ ਕਣਕ ਦਾ ਝਾੜ ਵੈਸੇ ਵੀ ਸਾਡੇ ਪੰਜਾਬ ਦੇ ਵਿੱਚ ਵੱਧ ਹੁੰਦਾ ਹੈ। ਹਰੀ ਕ੍ਰਾਂਤੀ ਦੇ ਕਾਰਨ ਵਧੀਆ ਬੀਜਾਂ, ਰਸਾਇਣਿਕ ਖਾਦਾਂ ਅਤੇ ਮਸ਼ੀਨਰੀ ਦੇ ਪ੍ਰਯੋਗ ਨਾਲ ਵੀ ਇਸ ਵਿੱਚ ਵਾਧਾ ਹੋਇਆ ਹੈ। ਤਾਂ ਹਰੀ ਕ੍ਰਾਂਤੀ ਜੋ ਸਾਲ 1966 ਸਟਾਰਟ ਹੋਈ ਤਾਂ ਉਸ ਤੋਂ ਬਾਅਦ ਕੀ ਆ ਵਧੀਆ ਕਿਸਮ ਦੇ ਬੀਜ ਆ ਰਹੇ ਆ, ਵਧੀਆ ਰਸਾਇਣਿਕ ਖਾਦਾਂ ਆ ਰਹੀਆਂ ਅਤੇ ਮਸ਼ੀਨਰੀ ਦੇ ਪ੍ਰਯੋਗ ਦੇ ਨਾਲ ਵੀ ਇਸ ਦੇ ਵਿੱਚ ਲਗਾਤਾਰ ਕੀ ਆ ਵਾਧਾ ਹੋ ਰਿਹਾ। ਅਗਲਾ ਪ੍ਰਸ਼ਨ ਹੈ ਜੀ, ਦਾਲਾਂ ਦੀ ਪੈਦਾਵਾਰ ਖੇਤਰ ਵਿੱਚ ਘਾਟ ਆਉਣ ਦੇ ਕੀ ਕਾਰਨ ਹਨ? ਤਾਂ ਕੀ ਕਾਰਨ ਹੈ ਕਿ ਦਾਲਾਂ ਦੀ ਪੈਦਾਵਾਰ ਦੇ ਵਿੱਚ ਘਾਟ ਆਈ ਹੈ? ਹਰੀ ਕ੍ਰਾਂਤੀ ਤੋਂ ਬਾਅਦ ਕਣਕ ਅਤੇ ਝੋਨੇ ਵਰਗੀਆਂ ਫਸਲਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਗਈ ਹੈ। ਕਿਸਾਨਾਂ ਨੇ ਫਿਰ ਜੋ ਕਣਕ ਅਤੇ ਝੋਨੇ ਦੀ, ਕਿਉਂਕਿ ਝਾੜ ਜ਼ਿਆਦਾ ਹੈ ਔਰ ਇਸ ਫਸਲ ਦਾ ਲਾਭ ਜ਼ਿਆਦਾ ਹੈ, ਤਾਂ ਇਸ ਕਰਕੇ ਉਹ ਕਣਕ ਅਤੇ ਝੋਨੇ ਦੀ ਫਸਲ ਨੂੰ ਵਾਰ ਵਾਰ ਬੀਜ ਕੇ ਇਸ ਤੋਂ ਲਾਭ ਕਮਾ ਰਹੇ ਹਨ, ਇਸ ਦਾ ਮੰਡੀਕਰਨ ਕਰ ਰਹੇ, ਇਸ ਨੂੰ ਵਪਾਰ
ਉਤਸ਼ਾਹਿਤ ਕਰਨ ਦੇ ਲਈ। ਜ਼ਿਆਦਾਤਰ ਉਤਪਾਦਨ ਕਰਨ ਵਾਲੇ ਨਵੇਂ ਬੀਜਾਂ ਦੀ ਖੋਜ ਨਹੀਂ ਕੀਤੀ ਗਈ, ਜ਼ਿਆਦਾਤਰ ਉਤਪਾਦਨ ਕਰਨ ਵਾਲੇ ਜਿਹੜੇ ਨਵੇਂ ਬੀਜ ਉਹਨਾਂ ਦੀ ਖੋਜ ਵੀ ਨਹੀਂ ਹੋਈ ਦਾਲਾਂ ਦੇ ਵਿੱਚ, ਜਿਸ ਕਾਰਨ ਦਾਲਾਂ ਦਾ ਝਾੜ ਨਹੀਂ ਵਧਿਆ। ਇਹੀ ਕਾਰਨ ਹੈ ਕਿ ਦਾਲਾਂ ਦਾ ਝਾੜ ਨਹੀਂ ਵੱਧ ਸਕਿਆ ਔਰ ਦਾਲਾਂ ਦੀ ਪੈਦਾਵਾਰ ਖੇਤਰ ਦੇ ਵਿੱਚ ਇਸੇ ਕਰਕੇ ਹੀ ਘਾਟ ਆ ਰਹੀ। ਡੇਅਰੀ ਉਦਯੋਗ ਦੇ ਲਾਭ ਲਿਖੋ। ਡੇਅਰੀ ਉਦਯੋਗ ਦੇ ਕੀ ਲਾਭ ਹਨ? ਤਾਂ ਪਿੰਡਾਂ ਦੇ ਵਿੱਚ ਅਕਸਰ ਅਸੀਂ ਛੋਟੇ ਛੋਟੇ ਡੇਅਰੀ ਦੇ ਜਿਹੜੇ ਦੇਖੀਆਂ ਹੋਣੀਆਂ, ਉਸਦੇ ਕੀ ਲਾਭ ਹਨ? ਡੇਅਰੀ ਉਦਯੋਗ ਵਿੱਚ ਨਾਲ ਸੋਕੇ ਵਾਲੇ ਇਲਾਕਿਆਂ ਵਿੱਚ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਹੁਣ ਸੋਕੇ ਵਾਲੇ ਇਲਾਕਿਆਂ ਵਿੱਚ ਵੀ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ ਅਤੇ ਪਸ਼ੂ ਪਾਲਣ ਦੇ ਧੰਦੇ ਦੇ ਨਾਲ ਉਹ ਡੇਅਰੀ ਉਦਯੋਗ ਸ਼ੁਰੂ ਕਰਦੇ ਆ, ਤਾਂ ਉਸਦੇ ਨਾਲ ਉਹਨਾਂ ਨੂੰ ਕੀ ਆ, ਇਸਦਾ ਬਹੁਤ ਲਾਭ ਹੁੰਦਾ ਹੈ। ਫਸਲ ਨਸ਼ਟ ਹੋਣ ਦੇ ਬਾਵਜੂਦ ਵੀ ਕਿਸਾਨ ਦਾ ਗੁਜ਼ਾਰਾ ਚੱਲ ਜਾਂਦਾ ਹੈ ਅਤੇ ਜੋ ਫਸਲ ਨਸ਼ਟ ਵੀ ਹੋ ਜਾਂਦੀ ਹੈ ਕਈ ਕਿਸਮ, ਯਾਨੀ ਕਿ ਕੁਦਰਤੀ ਆਫਤ ਦੇ ਕਾਰਨ ਅਗਰ ਕੋਈ ਲੋਸ ਹੋ ਵੀ ਜਾਂਦਾ ਤਾਂ ਉਸਦਾ ਗੁਜ਼ਾਰਾ ਜਿਹੜਾ ਉਹ ਚੰਗੀ ਤਰ੍ਹਾਂ ਜਿਹੜਾ ਅਸੀਂ ਕਹਿ ਸਕਦੇ ਡੇਅਰੀ ਉਦਯੋਗ ਦੇ ਨਾਲ ਉਹ ਚਲਾ ਸਕਦਾ। ਕਿਸਾਨਾਂ ਦੀ ਖੇਤੀ ਆਮਦਨ ਵਿੱਚ ਵਾਧਾ ਹੁੰਦਾ ਹੈ, ਖੇਤੀ ਦੀ ਆਮਦਨ ਵਿੱਚ ਵੀ ਵਾਧਾ ਹੁੰਦਾ ਕਿਉਂਕਿ ਡੇਅਰੀ ਜਿਹੜਾ ਉਦਯੋਗ ਆ ਉਹ ਇੱਕ ਖੇਤੀ ਦੇ ਵਿੱਚ ਹੀ ਗਿਣਿਆ ਜਾਣ ਵਾਲਾ ਹੈ ਤਾਂ ਇਸ ਨੂੰ ਖੇਤੀ ਦੇ ਵਿੱਚ ਹੀ ਗਿਣਿਆ ਜਾਂਦਾ ਹੈ, ਖੇਤੀਬਾੜੀ ਨਾਲ ਸੰਬੰਧਿਤ ਹੀ ਹੈ। ਦਾਲਾਂ ਅਤੇ ਤੇਲ ਬੀਜਾਂ ਦਾ ਉਤਪਾਦਨ ਅਜੇ ਘੱਟ ਕਿਉਂ ਹੈ? ਦਾਲਾਂ ਅਤੇ ਤੇਲ ਬੀਜਾਂ ਦਾ ਉਤਪਾਦਨ ਕਿਉਂ ਘੱਟ ਹੈ? ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਦਾਲਾਂ ਹਰੀ ਕ੍ਰਾਂਤੀ ਤੋਂ ਬਾਅਦ ਕਣਕ ਅਤੇ ਝੋਨੇ ਵਰਗੀਆਂ ਫਸਲਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਗਈ। ਸਰਕਾਰ ਵੱਲੋਂ ਦਾਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਘੱਟ ਧਿਆਨ ਦਿੱਤਾ ਗਿਆ, ਜ਼ਿਆਦਾ ਉਤਪਾਦਨ ਕਰਨ ਵਾਲੇ ਨਵੇਂ ਬੀਜਾਂ ਦੀ ਖੋਜ ਨਹੀਂ ਕੀਤੀ ਗਈ। ਤਾਂ ਸੇਮ ਤੇਲ ਬੀਜਾਂ ਦੇ ਲਈ ਵੀ ਦੇਸ਼ ਵਿੱਚ ਤੇਲ ਬੀਜਾਂ ਦੇ ਉਤਪਾਦਨ ਖੇਤਰ ਵਿੱਚ ਵਾਧਾ ਹੋਇਆ ਪਰ ਵੱਧ ਰਹੀ ਆਬਾਦੀ ਕਾਰਨ ਖੁਰਾਕੀ ਤੇਲ ਦੀ ਮੰਗ ਪੂਰੀ ਨਹੀਂ ਹੋ ਰਹੀ ਹੈ। ਬੇਸ਼ੱਕ ਕਹਿੰਦਾ ਤੇਲ ਬੀਜ ਦੇ ਵਿੱਚ ਜਿਹੜਾ ਉਤਪਾਦਨ ਵਿੱਚ ਵਾਧਾ ਹੋਇਆ ਪਰ ਵੱਧ ਰਹੀ ਜਨਸੰਖਿਆ ਦੇ ਕਾਰਨ, ਵੱਧ ਰਹੀ ਆਬਾਦੀ ਦੇ ਕਾਰਨ ਜਿਹੜੀ ਖੁਰਾਕੀ ਤੇਲ ਦੀ ਮੰਗ ਜਿਹੜੀ ਪੂਰੀ ਨਹੀਂ ਹੋ ਰਹੀ ਹੈ। ਅਗਲੇ ਪ੍ਰਸ਼ਨ ਦੇ ਵਿੱਚ ਹੈ, ਪੰਜਾਬ ਦੀ ਖੇਤੀਬਾੜੀ ਦੀਆਂ ਮੁੱਖ ਸਮੱਸਿਆਵਾਂ ਕੀ ਹਨ? ਤਾਂ ਇਹ ਅਸੀਂ ਭਲੀ ਭਾਂਤ ਹੀ ਜਾਣਦੇ ਹਾਂ, ਪਹਿਲਾਂ ਵੀ ਅਸੀਂ ਪੜ੍ਹ ਕੇ ਆਏ ਹਾਂ। ਜ਼ਿਆਦਾਤਰ ਜੋਤਾਂ ਛੋਟੀਆਂ ਹਨ ਅਤੇ ਇਹ ਆਰਥਿਕ ਪੱਖ ਤੋਂ ਬੜੀਆਂ ਅਲਾਭਕਾਰੀ ਹਨ। ਜ਼ਿਆਦਾਤਰ ਕਿਸਾਨ ਅਨਪੜ੍ਹ ਹਨ, ਉਹਨਾਂ ਲਈ ਖੇਤੀ ਅਤੇ ਵਿਗਿਆਨਿਕ ਢੰਗਾਂ ਨੂੰ ਸਮਝਣਾ ਮੁਸ਼ਕਲ ਹੈ। ਜ਼ਿਆਦਾ ਕਿਸਾਨ ਅਨਪੜ੍ਹ ਹੋਣ ਦੇ ਕਾਰਨ ਉਹਨਾਂ ਦੇ ਲਈ ਜਿਹੜੇ ਖੇਤੀ ਦੇ ਵਿਗਿਆਨਿਕ ਢੰਗਾਂ ਨੂੰ ਸਮਝਣਾ ਵੀ ਮੁਸ਼ਕਲ ਹੈ। ਭਾਰਤ ਵਿੱਚ ਖੇਤ ਛੋਟੇ ਹੋਣ ਦੇ ਕਾਰਨ ਵਿਗਿਆਨਿਕ ਢੰਗ ਨਾਲ ਖੇਤੀ ਕਰਨਾ ਮੁਸ਼ਕਲ ਹੈ ਅਤੇ ਪੈਸੇ ਦੀ ਫਜ਼ੂਲ ਖਰਚੀ ਹੁੰਦੀ ਹੈ। ਭਾਰਤ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਖੇਤ ਜਿਹੜੇ ਛੋਟੇ ਛੋਟੇ ਹਿੱਸਿਆਂ ਦੇ ਵਿੱਚ ਵੰਡੇ ਹੋਏ ਆ, ਇਸ ਕਰਕੇ ਉੱਥੇ ਵੱਡੇ ਦੇਸ਼ਾਂ ਅਮਰੀਕਾ USA ਵਾਂਗ ਵਿਗਿਆਨਿਕ ਢੰਗ ਦੇ ਨਾਲ ਖੇਤੀ ਨਹੀਂ ਕੀਤੀ ਜਾਂਦੀ, ਇਸ ਕਰਕੇ ਉਸ ਨੂੰ ਪੈਸੇ ਦੀ ਫਜ਼ੂਲ ਖਰਚੀ ਹੁੰਦੀ ਹੈ। ਜੰਗਲਾਂ ਅਤੇ ਚਾਰਗਾਹਾਂ ਦੇ ਘੱਟ ਹੋਣ ਕਰਕੇ ਮਿੱਟੀ ਕਟਾਅ ਦੇ ਨਾਲ ਭੂਮੀ ਦੀ ਉਪਜਾਊ ਸ਼ਕਤੀ ਘੱਟ ਹੋ ਰਹੀ ਹੈ। ਜੰਗਲਾਂ ਅਤੇ ਚਾਰਗਾਹਾਂ ਦੇ ਕਾਰਨ ਵੀ ਭੂਮੀ ਕਟਾਅ ਹੁੰਦਾ, ਜਦ ਬਾਰਿਸ਼ ਆਉਂਦੀ ਹੈ, ਹੜ੍ਹ ਆਉਂਦੇ ਆ ਤਾਂ ਉੱਪਰਲੀ ਮਿੱਟੀ ਹੈ ਜਿਹੜੀ ਵਹਾ ਕੇ ਆਪਣੇ ਨਾਲ ਲੈ ਜਾਂਦੇ, ਇਸ ਨਾਲ ਕੀ ਹੈ ਉਸਦੀ ਉਪਜਾਊ ਸ਼ਕਤੀ ਘੱਟ ਹੁੰਦੀ ਹੈ। ਭੂਮੀਗਤ ਜਲ ਪੱਧਰ ਘੱਟ ਰਿਹਾ ਤਾਂ ਭੂਮੀਗਤ ਜਲ ਪੱਧਰ, ਅਸੀਂ ਇਹ ਸਮੱਸਿਆ ਤੋਂ ਕਾਫ਼ੀ ਗੂੰਜ ਰਹੇ ਕਿ ਜਲ ਪੱਧਰ ਘੱਟ ਰਿਹਾ ਹੈ। ਇਹ ਪੰਜਾਬ ਦੀ ਖੇਤੀਬਾੜੀ ਦੀਆਂ ਜਿਹੜੀਆਂ ਮੁੱਖ ਸਮੱਸਿਆਵਾਂ ਹਨ। ਹਰੀ ਕ੍ਰਾਂਤੀ ਦੇ ਬਾਅਦ ਸਾਲਾਂ ਵਿੱਚ ਆਏ ਫਸਲ ਚੱਕਰ ਵਿੱਚ ਤੇਜ਼ੀ ਨਾਲ ਆਏ ਪਰਿਵਰਤਨ ਦਾ ਕਵਰਨ ਕਰੋ। ਹੁਣ ਹਰੀ ਕ੍ਰਾਂਤੀ ਦੇ ਬਾਅਦ ਸਾਲਾਂ ਦੇ ਵਿੱਚ ਆਏ ਫਸਲ ਚੱਕਰ ਵਿੱਚ ਕੀ ਤੇਜ਼ੀ ਆਈ ਹੈ? ਤਾਂ ਹਰੀ ਕ੍ਰਾਂਤੀ ਦੌਰਾਨ ਕਣਕ ਉਤਪਾਦਨ ਵਿੱਚ ਬਹੁਤ ਵਾਧਾ ਹੋਇਆ। ਅਸੀਂ ਜਾਣਦੇ ਕਿ ਹਰੀ ਕ੍ਰਾਂਤੀ ਦਾ ਝੋਨੇ ਦੇ ਕਣਕ ਦੇ ਉਤਪਾਦਨ ਵਿੱਚ ਬਹੁਤ ਵਾਧਾ ਹੋਇਆ, ਪਰ ਇਸ ਸਮੇਂ ਦੌਰਾਨ ਕਣਕ ਤੋਂ ਇਲਾਵਾ ਕਿਸੇ ਹੋਰ ਖਾਦ ਪਦਾਰਥ ਦੀ ਪੈਦਾਵਾਰ ਵੱਲ ਇੰਨਾ ਵਾਧਾ ਨਹੀਂ ਹੋਇਆ। ਤਾਂ ਇੱਕ ਗੱਲ ਇਹ ਵੀ ਧਿਆਨ ਦੇਣ ਲਈ ਕਿ ਜਿੰਨਾ ਕਣਕ ਦੀ ਪੈਦਾਵਾਰ ਦੇ ਵਿੱਚ ਵਾਧਾ ਹੋਇਆ, ਉਹਨਾਂ ਕਿਸੇ ਹੋਰ ਖਾਦ ਪਦਾਰਥ ਦੀ ਪੈਦਾਵਾਰ ਵਿੱਚ ਇੰਨਾ ਵਾਧਾ ਨਹੀਂ ਹੋਇਆ। ਇਸ ਨਾਲ ਦੇਸ਼ ਦੇ ਖੇਤੀਬਾੜੀ ਵਿਕਾਸ ਵਿੱਚ ਖੇਤੀ ਅਸੰਤੁਲਨ ਵੱਧ ਗਿਆ। ਖੇਤੀ ਅਸੰਤੁਲਨ ਵਧਣ ਦਾ ਕਾਰਨ ਕੀ ਹੈ? ਕਿ ਲਗਾਤਾਰ ਝੋਨਾ ਕਣਕ ਅਸੀਂ ਦੇਖਦੇ ਹਾਂ, ਝੋਨਾ ਕਣਕ ਆ ਜਿਹੜੀ, ਇਹ ਹੀ ਦੋ ਫਸਲਾਂ ਜ਼ਿਆਦਾ ਬੀਜੀਆਂ ਜਾਂਦੀਆਂ। ਹਰੀ ਕ੍ਰਾਂਤੀ ਵਾਲੇ ਖੇਤਰਾਂ ਵਿੱਚ ਵੀ ਖੇਤੀ ਵਿਕਾਸ ਵਿੱਚ ਠਹਿਰਾਓ ਆ ਗਿਆ। ਹੁਣ ਠਹਿਰਾਓ ਆਉਣ ਦਾ ਕਾਰਨ ਇਹ ਹੈ ਕਿ ਜਦੋਂ ਲਗਾਤਾਰ ਇੱਕ ਹੀ ਫਸਲ ਵਾਰ ਵਾਰ ਬੀਜੀ ਜਾਊਗੀ ਤਾਂ ਖੇਤੀ ਦੇ ਜਿਹੜੇ ਭੂਮੀ ਦੇ ਜਿਹੜੇ ਰਸਾਇਣਿਕ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਅਤੇ ਜਿਹੜੀ ਭੂਮੀ ਆ ਉਹਦੇ ਜਿਹੜੇ ਜੈਵਿਕ ਤੱਤ ਆ ਉਹ ਹੌਲੀ ਹੌਲੀ ਨਸ਼ਟ ਹੋਣੇ ਸ਼ੁਰੂ ਹੋ ਜਾਂਦੇ। ਇਸ ਲਈ ਕਿਸਾਨ ਨਵੇਂ ਫਸਲ ਚੱਕਰ ਅਪਣਾਉਣ ਲੱਗੇ ਹਨ ਜੋ ਕਿ ਆਰਥਿਕ ਪੱਖ ਤੋਂ ਲਾਭਕਾਰੀ ਹੈ। ਇਸੇ ਕਾਰਨ ਜਿਹੜੇ ਨਵੇਂ ਹੁਣ ਕਿਸਾਨ ਜਿਹੜੇ ਨਵੇਂ ਫਸਲ ਚੱਕਰ ਅਪਣਾਉਣ ਲੱਗੇ ਆ ਜੋ ਕਿ ਆਰਥਿਕ ਪੱਖ ਤੋਂ ਲਾਭਕਾਰੀ ਹੈ, ਯਾਨੀ ਕਿ ਉਹਨਾਂ ਨੇ ਆਪਣੀ ਖੇਤੀਬਾੜੀ ਦੇ ਵਿੱਚ ਕੁਝ ਚੇਂਜਸ ਕਰਨੇ ਸ਼ੁਰੂ ਕਰ ਦਿੱਤੇ ਆ। ਉਹ ਕਿਹੜੇ ਸੰਕੇਤ ਹਨ ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਭਾਰਤੀ ਖੇਤੀ ਨਿਰਵਾਹ ਖੇਤੀ ਤੋਂ ਹਟ ਕੇ ਵਪਾਰਕ ਖੇਤੀ ਵੱਲ ਵੱਧ ਰਹੀ ਹੈ? ਉਹ ਕਿਹੜੇ ਕਾਰਨ ਹਨ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਕਿ ਭਾਰਤੀ ਖੇਤੀ ਜਿਹੜੀ ਨਿਰਵਾਹ ਖੇਤੀ ਤੋਂ ਹਟ ਕੇ ਵਪਾਰਕ ਖੇਤੀ ਵੱਲ ਵੱਧ ਰਹੀ ਹੈ? ਹਰੀ ਕ੍ਰਾਂਤੀ ਤੋਂ ਬਾਅਦ ਭਾਰਤੀ ਖੇਤੀ ਨਿਰਵਾਹ ਖੇਤੀ ਤੋਂ ਹਟ ਕੇ ਵਪਾਰਕ ਖੇਤੀ ਵੱਲ ਵੱਧ ਰਹੀ ਹੈ? ਤਾਂ ਅਸੀਂ ਦੇਖਦੇ ਹਾਂ ਕਿ ਮੰਡੀਆਂ ਦੇ ਵਿੱਚ ਜਿਹੜਾ ਵਪਾਰੀਕਰਨ ਕੀਤਾ ਜਾਂਦਾ, ਜੋ ਵੀ ਫਸਲਾਂ ਬੀਜੀਆਂ ਜਾਂਦੀਆਂ ਉਹਨਾਂ ਨੂੰ ਮੰਡੀਆਂ ਦੇ ਵਿੱਚ ਵੇਚਿਆ ਜਾਂਦਾ ਹੈ। ਕਿਸਾਨਾਂ ਨੇ ਬਹੁਤ ਸਾਰੀਆਂ ਵਪਾਰਕ ਫਸਲਾਂ ਦਾ ਵੱਡੇ ਪੱਧਰ ਦੇ ਉਤਪਾਦਨ ਸ਼ੁਰੂ ਕੀਤਾ ਹੈ। ਸਰਕਾਰ ਨੇ ਛੋਟੇ ਛੋਟੇ ਖੇਤਾਂ ਨੂੰ ਮਿਲਾ ਕੇ ਵੱਡੇ ਵੱਡੇ ਚੱਕ ਬਣਾ ਦਿੱਤੇ ਹਨ, ਜਿਸ ਨਾਲ ਇਹਨਾਂ ਖੇਤਾਂ ਵਿੱਚ ਆਧੁਨਿਕ ਯੰਤਰਾਂ ਦਾ ਪ੍ਰਯੋਗ ਸੌਖਾ ਹੋ ਗਿਆ ਹੈ। ਸਰਕਾਰ ਨੇ ਚੰਗੇ ਬੀਜਾਂ ਦੇ ਰਸਾਇਣਿਕ ਖਾਦਾਂ ਦੀ ਮੰਗ ਨੂੰ ਪੂਰਾ ਕੀਤਾ ਹੈ। ਸਿੰਚਾਈ ਸਹੂਲਤਾਂ ਨੂੰ ਕਾਫ਼ੀ ਉੱਨਤ ਕੀਤਾ ਗਿਆ ਹੈ। ਬੈਂਕ ਕਿਸਾਨਾਂ ਨੂੰ ਘੱਟ ਵਿਆਜ 'ਤੇ ਕਰਜ਼ੇ ਦੇਣ ਲੱਗ ਪਏ ਹਨ। ਤਾਂ ਇਹਨਾਂ ਕਾਰਨਾਂ ਕਰਕੇ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਭਾਰਤੀ ਖੇਤੀ ਨਿਰਵਾਹ ਖੇਤੀ ਤੋਂ ਹਟ
ਦੁਆਰਾ ਕੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਇਹ ਅਖੀਲਾ ਪ੍ਰਸ਼ਨ ਹੈ ਜੀ। ਸਰਕਾਰ ਨੇ ਛੋਟੇ ਛੋਟੇ ਖੇਤਾਂ ਨੂੰ ਮਿਲਾ ਕੇ ਵੱਡੇ ਵੱਡੇ ਚੱਕ ਬਣਾ ਦਿੱਤੇ ਹਨ ਜਿਸ ਨਾਲ ਇਹਨਾਂ ਖੇਤਾਂ ਵਿੱਚ ਆਧੁਨਿਕ ਯੰਤਰਾਂ ਦਾ ਪ੍ਰਯੋਗ ਸੌਖਾ ਹੋ ਗਿਆ ਹੈ। ਸਰਕਾਰ ਨੇ ਚੰਗੇ ਬੀਜਾਂ ਅਤੇ ਰਸਾਇਣਿਕ ਖਾਦਾਂ ਦੀ ਮੰਗ ਨੂੰ ਪੂਰਾ ਕੀਤਾ ਹੈ ਅਤੇ ਇਸ ਦੀ ਮੰਗ ਨੂੰ ਪੂਰਨ ਕਰਨ ਲਈ ਕਈ ਕਾਰਖਾਨੇ ਵੀ ਖੋਲ੍ਹੇ ਹਨ। ਖੇਤੀ ਦੀ ਪੈਦਾਵਾਰ ਨੂੰ ਵਧਾਉਣ ਲਈ ਸਰਕਾਰ ਨੇ ਨਵੇਂ ਯੰਤਰਾਂ ਦੇ ਪ੍ਰਯੋਗ ਨੂੰ ਉਤਸ਼ਾਹਿਤ ਕੀਤਾ ਹੈ। ਸਿੰਜਾਈ ਸਹੂਲਤਾਂ ਨੂੰ ਕਾਫ਼ੀ ਉੱਨਤ ਕੀਤਾ ਗਿਆ ਹੈ। ਬੈਂਕ ਕਿਸਾਨਾਂ ਨੂੰ ਘੱਟ ਵਿਆਜ ਦੇ ਕਰਜ਼ੇ ਦੇਣ ਲੱਗ ਪੈਂਦਾ। ਇਹ ਕੁਛ ਜੋ ਸਾਡੀ ਸਰਕਾਰ ਦੁਆਰਾ ਭਾਰਤ ਸਰਕਾਰ ਦੁਆਰਾ ਕਦਮ ਚੁੱਕੇ ਜਾ ਰਹੇ ਹਨ ਖੇਤੀਬਾੜੀ ਨੂੰ।